ਹਾਂਜੀ ਅਗੇ ਨਾਲ ਹੀ ਕਾਫੀ ਮੈਂ ਸਾਡੇ ਤੋਂ ਤੁਹਾਡੇ ਨਗਰ ਦੇ ਸਤਿਕਾਰਯੋਗ ਸਾਡੇ ਤਾਇਆ ਜੀ ਜਗਰੂਪ ਸਿੰਘ ਚੀਮਾ ਉਰਫ ਜੁਬਾ ਸਿੰਘ ਜੋ ਬਾਬਾ ਜੀ ਦੀ ਸੇਵਾ ਵੀ ਕਰਦੇ ਸਾਰਾ ਨਗਰ ਕਰਦਾ ਹੈ ਉਹ ਸੇਵਾਦਾਰ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਉਹਨਾਂ ਦੀ ਕਲਮ ਦਾ ਲਿਖਿਆ ਹੋਇਆ ਵੈਸੇ ਸਾਰੇ ਕਾਫੀ ਮੈਟਰ ਪਏ ਮੇਰੇ ਕੋਲ ਕੱਲ ਹੀ ਵੇਖਿਆ ਸੀਗਾ ਪਰਿਵਾਰਕ ਸਾਰਾ ਜੋ ਆਪਾਂ ਧੀਆਂ ਭੈਣਾਂ ਦੇ ਵਿੱਚ ਪਰਿਵਾਰ ਦੇ ਵਿੱਚ ਬੈਠ ਕੇ ਸੋਚ ਸਕੀਏ ਜੋ ਜਿਹਾ ਮੈਟਰ ਹੈ ਹਾਂਜੀ ਬਚਪਨ ਦੀ ਗੱਲ ਹੈ ਮਾਪਿਆਂ ਦੇ ਲਾੜਦੇ ਉਹਦੇ ਨਾਲ ਇਵੇਂ ਹੀ ਚਲੇ ਗਏ ਜਦੋਂ ਮੇਰੇ ਵਰਗਾ ਨਾ ਲੰਘਾ ਦਿੰਦਾ ਪਰ ਉਦੋਂ ਦੇਖਦਾ ਰਹਿੰਦਾ ਕੁਝ ਨਾ ਜਹਾਨ ਵਿੱਚੋਂ ਖੱਟਿਆ ਐਵੇਂ ਸਾਰੀ ਉਮਰ ਗਵਾ ਲਈ ਉਹ ਜਦੋਂ ਲੰਘ ਜਾਂਦਾ ਟਾਈਮ ਬਚਪਨ ਦਾ ਲੰਘ ਜਾਂਦਾ ਫਿਰ ਜਵਾਨੀ ਦਾ ਲੰਘ ਜਾਂਦਾ ਉਹਦੇ ਪਿਓ ਸਾਰਾ ਬਚਾ ਦੋ ਹਾਂਜੀ ਮਾਮਾ ਸੀ ਠੰਡੀਆਂ ਸ਼ਾਮਾਂ ਬਾਪੂ ਦੇ ਨੇੜੇ ਹੁੰਦੀਆਂ ਠੰਡੀਆਂ ਸ਼ਾਮਾਂ ਬਾਪੂ ਦੇ ਵੇਲੇ ਹੁੰਦੀਆਂ ਹੁੰਦੀਆਂ ਸੀ ਬੇਪਰਵਾਹਾਂ ਅਮਰੀ ਦੀ ਗੋਦ ਮਿਲਦੀ ਮਿਲਦੀ ਨਾ ਹੈ ਕਦੇ ਮਾਪਿਆਂ ਦੇ ਲਾੜ ਤੇ ਉਦਨ ਐ ਮੇਰੀ ਸੁਣੀ ਮਾਮਾ ਦੇ ਹੱਥ ਖੁਰਾਕਾਂ ਪੁੱਤਰਾਂ ਦੇ ਢਿੱਡ ਵਿੱਚ ਪਾਈਆਂ ਸਫਰੂ ਜੋ ਹੋ ਜਾਂਦੇ ਨੇ